ਪੰਜਾਬ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਦਾ ਦੌਰਾ ਕਰਕੇ ਗੁਰਦੁਆਰਾ ਕੇਰ ਸਾਹਿਬ ਦੇ ਬਾਹਰ ਵਾਪਰੀ ਬੇਅਦਬੀ ਦੀ ਘਟਨਾ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਇਸ ਮੌਕੇ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਉਹ 1 ਜਾਂ 2 ਮਹੀਨਿਆਂ ਵਿੱਚ ਪੂਰੀ ਰਿਪੋਰਟ ਸਰਕਾਰ ਨੂੰ ਪੇਸ਼ ਕਰ ਦੇਣਗੇ। ਦੇਖੇ ਗਏ ਸੀ ਅਤੇ ਉਹਦੀ ਇਨਵੈਸਟੀਗੇਸ਼ਨ ਅਤੇ ਇਨਕੁਆਇਰੀ ਕਰ ਰਹੀ ਸੀ। ਸਰ ਜਿੰਨੀ ਇਨਵੈਸਟੀਗੇਸ਼ਨ ਹੋਈ ਉਹਦੇ ਹਿਸਾਬ ਨਾਲ ਕਦੋਂ ਤੱਕ ਤੁਹਾਡੀ ਰਿਪੋਰਟ ਆਉਣ ਦੀ ਸੰਭਾਵਨਾ? ਸਾਡਾ ਵਿਜ਼ਿਟ ਜਿਹੜੀ ਹੈ ਇਹ ਮਾਨਸਾ ਅਤੇ ਬਠਿੰਡਾ ਦੀ ਹੋਈ ਆਖਰੀ ਹੈ, ਬਾਕੀ ਹੁਣ ਅਸੀਂ ਰਿਪੋਰਟ ਤਿਆਰ ਕਰਕੇ ਹੋ ਸਕਦਾ ਹੈ ਕਿ ਮਹੀਨੇ 2 ਮਹੀਨੇ। ਮਾਨਸਾ ਜਗਦੀਸ਼ ਬਾਂਸਲ ਦੀ ਰਿਪੋਰਟ, ਚੈਨਲ 2।